ਮੈਨੂੰ ਬੜਾ ਦੁੱਖ ਆ ਟੂਲ ਟੈਕਸਾਂ ਦਾ ਹੀ ਸਭ ਤੋਂ ਜ਼ਿਆਦਾ ਇੱਥੇ ਟੈਂਕੀ ਫੁੱਲ ਕਰਾਉਣ ਲੱਗੇ ਆ ਤੇ ਇੱਥੇ ਤੇਲ ਦਾ ਰੇਟ ਹੈਗਾ 86 ਰੁਪਏ ਪੁਡੀਚੇਰੀ ਇੱਕ ਯੂਨੀਅਨ ਟੈਰੀਟਰੀ ਆ ਸੋ ਉਸ ਕਰਕੇ ਇੱਥੇ ਸੈਂਟਰ ਗਵਰਨਮੈਂਟ ਨੇ ਵੀ ਜਿਹੜੀਆਂ ਨਾ ਰਿਆਇਤਾਂ ਦਿੱਤੀਆਂ ਹੋਈਆਂ ਬਾਕੀ ਸਟੇਟਾਂ ਦੇ ਮੁਕਾਬਲੇ ਜਿੱਦਾਂ ਚੰਡੀਗੜ੍ਹ ਦੇ ਵਿੱਚ ਵੀ ਪੈਟਰੋਲ ਜਿਹੜਾ ਡੀਜ਼ਲ ਆ ਸਸਤਾ ਇੱਥੇ ਪੈਟਰੋਲ ਹੈਗਾ 94 ਤੇ ਡੀਜ਼ਲ ਹੈਗਾ 86 ਤਾਮਿਲਨਾਡੂ ਦੇ ਵਿੱਚ ਤਕਰੀਬਨ 106 ਰੁਪਏ 20 ਰੁਪਈਆਂ ਦਾ ਫਰਕ ਆ ਸੋ ਟੈਂਕੀ ਫੁੱਲ ਕਰਾ ਲਈਏ ਬਹੁਤ ਪੈਸਿਆਂ ਦਾ ਫਰਕ ਪੈ ਜਾਣਾ ਵੈਸੇ ਤਾਂ ਥੋੜ੍ਹਾ ਮਤਲਬ 1200 ਦਾ ਦੇ ਵਿੱਚ ਪਿਆ ਹੀ ਹੋਣਾ 3000 ਤੇ 19 ਰੁਪਏ ਦਾ ਆਇਆ 3.98 ਲੀਟਰ ਬ్రో ਪਲੀਜ਼ ਬ్రో ਪਲੀਜ਼ ਤੇਲ ਪਵਾ ਲਿਆ ਤੇ ਹੁਣ ਗੱਡੀ ਖਿੱਚਾਂਗੇ ਰਾਮੇਸ਼ਵਰਮ ਵੱਲ ਨੂੰ 30 ਲੀਟਰ ਮੈਂ ਤੇਲ ਪਵਾਇਆ ਔਰ ਤਕਰੀਬਨ ਤਾਮਿਲਨਾਡੂ ਤੇ ਪੁਡੂਚੇਰੀ ਦੇ ਰੇਟ ਦੇ ਵਿੱਚ ਜਿਹੜਾ 20 ਰੁਪਈਆਂ ਦਾ ਫਰਕ ਆ ਇੱਥੇ ਡੀਜ਼ਲ ਦਾ ਰੇਟ ਤਕਰੀਬਨ 105 ਪੁਆਇੰਟ ਕੁਛ ਆ ਤੇ ਤਾਮਿਲਨਾਡੂ ਦੇ ਵਿੱਚ ਔਰ ਪੁਡੂਚੇਰੀ ਦੇ ਵਿੱਚ 86 ਸੇਮ ਚੰਡੀਗੜ੍ਹ ਵਾਲਾ ਰੇਟ ਆ ਖੈਰ ਚੰਡੀਗੜ੍ਹ ਤੋਂ ਥੋੜਾ ਮਹਿੰਗਾ ਚੰਡੀਗੜ੍ਹ 84 ਚੱਲ ਰਿਹਾ ਸੀ ਜਦੋਂ ਮੈਂ ਆਇਆ ਸੀਗਾ ਪੰਜਾਬ 'ਚ 86 ਚੱਲ ਰਿਹਾ ਸੀ ਤੇ ਪੰਜਾਬ ਵਾਲਾ ਰੇਟ ਆ ਪਰ ਜੇ ਇਹੀ ਤੇਲ ਮੈਂ ਤਾਮਿਲਨਾਡੂ ਤੋਂ ਪਵਾਉਂਦਾ ਤਾਂ ਤਕਰੀਬਨ ਮੈਨੂੰ 3700 ਜਾਂ 3800 ਦਾ ਪੈਣਾ ਸੀਗਾ ਔਰ ਮਤਲਬ 35 ਲੀਟਰ ਸੀਗਾ ਯਾਰ 20 ਨਾਲ ਸਿੱਧਾ ਗੁਣਾ ਕਰ ਲਓ 700 ਰੁਪਏ ਦਾ ਸਿੱਧਾ ਸਿੱਧਾ ਫਰਕ ਪੈ ਗਿਆ ਇਸ ਟਾਈਮ ਬਿਲਕੁਲ ਮੈਂ ਲੋਕਲ ਜਿਹੜੀ ਪਿੰਡਾਂ ਵਾਲੀ ਰੋਡ ਹੈ ਇਹਨਾਂ ਦੀ ਉਹਦੇ ਤੋਂ ਜਾ ਰਿਹਾ ਕਿਉਂਕਿ ਨੈਸ਼ਨਲ ਹਾਈਵੇ ਜਿਹੜੀ ਜਾਂ ਤਾਂ ਉਧਰੋਂ ਵੀ ਸਕਦਾ ਸੀਗਾ ਮਤਲਬ ਲਗਭਗ ਸੇਮ ਜਿਹਾ ਟਾਈਮ ਦਿਖਾ ਰਿਹਾ ਸੀ ਟਰਾਲੀ ਦੇਖੋ ਇੱਥੇ ਇਦਾਂ ਦੀਆਂ ਛੋਟੀਆਂ ਛੋਟੀਆਂ ਟਰਾਲੀਆਂ ਜੀਆਂ ਬਹੁਤ ਬਣਾਉਂਦੇ ਆ ਆਹ ਦੇਖੋ ਭਰ ਕੇ ਵੀ ਇਦਾਂ ਲੈ ਕੇ ਜਾਂਦੇ ਆ ਲੱਕੜਾਂ ਜਿਹੇ ਲੈ ਕੇ ਚੱਲਿਆ ਉਹਦੇ ਵਿੱਚ ਭਰੀਆਂ ਹੋਈਆਂ ਔਰ ਉੱਤੇ ਉਹਨੇ ਉਹ ਸਾਈਡ ਤੇ ਟੰਬੇ ਕੱਢਦੇ ਹੋਏ ਔਰ ਉੱਤੇ ਤੱਕ ਵੀ ਇਹਨੂੰ ਲੱਦ ਲੈਂਦੇ ਆ ਉਹ ਅੱਗੇ ਤੋਂ ਚੱਲ ਪਿਆ ਸੀ ਤਕਰੀਬਨ 25-30 ਕਿਲੋਮੀਟਰ ਅੱਗੇ ਆ ਗਿਆ ਤੇ ਮੈਂ ਜਾ ਰਿਹਾ ਰਾਮੇਸ਼ਵਰਮ ਲਈ ਸੋ ਰਾਹ ਦੇ ਵਿੱਚ ਇੱਥੇ ਇੱਕ ਪਿੰਡ ਆਇਆ ਤੇ ਪਿੰਡ ਦੇ ਵਿੱਚ ਮੈਂ ਕਿਹਾ ਰੁਕੀਏ ਚਾਹ ਪੀਏ ਬਾਈ ਦੀ ਚਾਹ ਦੀ ਦੁਕਾਨ ਆ ਹੁਣੇ ਹੁਣੇ ਖੋਲੀ ਆ ਬਾਈ ਨੇ ਹਲੇ ਸ਼ੇਕ ਵਗੈਰਾ ਯਾਰ ਇੱਥੇ ਸ਼ੇਕ ਵਗੈਰਾ ਦਾ ਬਹੁਤ ਜ਼ਿਆਦਾ ਟ੍ਰੈਂਡ ਆ ਆਪਣੇ ਨਾਲੋਂ ਜ਼ਿਆਦਾ ਔਰ ਕਈ ਤਰ੍ਹਾਂ ਦੇ ਸ਼ੇਕ ਹੁੰਦੇ ਆ ਦੇਖੋ ਮਲਬੈਰੀ ਸ਼ੇਕ ਪਿਸਤਾ ਸ਼ੇਕ ਕੈਲੀਫੋਰਨੀਅਨ ਸ਼ੇਕ ਇਟਾਲੀਅਨ ਸ਼ੇਕ ਰਾਇਲ ਡੇਟਸ ਕੈਨਵਰੀ ਬੰਦਾ ਮਤਲਬ ਬਹੁਤ ਜ਼ਿਆਦਾ ਜਿਹੜੇ ਸ਼ੇਕ ਦੀਆਂ ਨਾ ਵੈਰਾਈਟੀਜ਼ ਸੁਣੇ ਤੇ ਮਿਲਣੀਆਂ ਹੁੰਦੇ ਆਪਣੇ ਵੀ ਹੋਣਗੇ ਪਰ ਆਪਣੇ ਐ ਨਹੀਂ ਕਿ ਇੱਕ ਪਿੰਡ ਦੇ ਵਿੱਚ ਆ ਛੋਟੀ ਜਿਹੀ ਇੱਕ ਦੁਕਾਨ ਖੋਲੀ ਹੋਈ ਆ ਔਰ ਉੱਥੇ ਬਾਈ ਨੇ ਇੰਨੇ ਸਾਰੇ ਜਿਹੜੇ ਸ਼ੇਕ ਰੱਖੇ ਹੋਣ ਦੁਕਾਨ ਦੇ ਅੰਦਰ ਆ ਸਾਰਾ ਕੁਝ ਲੱਗਿਆ ਸੀ ਤਾਮਿਲਨਾਡੂ ਤੇਲੰਗਾਨਾ ਕੇਰਲਾ ਪੌਂਡੀਚੇਰੀ ਓਡੀਸਾ ਆਂਧਰਾ ਪ੍ਰਦੇਸ਼ ਮਹਾਰਾਸ਼ਟਰ ਉੱਤਰ ਪ੍ਰਦੇਸ਼ ਕਰਨਾਟਕਾ ਮੱਧ ਪ੍ਰਦੇਸ਼ ਰਾਜਸਥਾਨ ਮਣੀਪੁਰਮ ਹਰਿਆਣਾ ਦਿੱਲੀ ਤੇ ਗੁਜਰਾਤ ਇਹਦੇ ਵਿੱਚ ਪੰਜਾਬ ਮਿਸਿੰਗ ਹੈ ਇਹਦਾ ਕੰਮ ਔਖਾ ਹੋ ਗਿਆ ਇਹ ਵਿੱਚ ਨਹੀਂ ਜਾ ਰਿਹਾ ਹੁਣ ਮੈਨੂੰ ਇੱਦਾਂ ਕਰਕੇ ਥੋੜ੍ਹਾ ਖਾਣਾ ਪਿਆ ਫਿਰ ਵਿੱਚ ਗਿਆ ਚਾਹ ਲਈ ਆ ਪੀ ਆਪਾਂ ਤੇ ਹੁਣ ਚੱਲੀਏ ਉਧਰ ਬਾਈ ਦਾ ਖੜਾ ਹੋਇਆ ਜੌਂਡੀਅਰ ਚਲੋ ਜੀ ਚਲੋ ਮਿੱਤਰੋ ਚੱਲੀਏ ਛੋਟਾ ਜਿਹਾ ਸ਼ਹਿਰ ਆਊਗਾ ਹੁਣ ਅੱਗੇ ਜਾ ਕੇ ਪਰ ਮੈਂ ਉਸ ਤੋਂ ਪਹਿਲਾਂ ਹੀ ਇੱਧਰੋਂ ਇੱਕ ਰੋਡ ਮੋੜਨਾ ਤੇ ਫਿਰ ਉਹ ਰੋਡ ਮਤਲਬ ਇੱਦਾਂ ਸ਼ਹਿਰਾਂ ਵੇਚਦੇ ਹੁੰਦੇ ਹੋਏ ਟ੍ਰਿਚੀ ਪਤਾ ਨਹੀਂ ਕਿਹੜੇ ਕਿਹੜੇ ਸ਼ਹਿਰ ਆਉਣਗੇ 6-6.5 ਘੰਟੇ ਦੇ ਵਿੱਚ ਰਾਮੇਸ਼ਵਰਮ ਪਹੁੰਚਾ ਦੋਗੇ ਇੱਥੋਂ ਰਾਮੇਸ਼ਵਰਮ ਪੂਰਾ 400 ਕਿਲੋਮੀਟਰ ਰਹਿ ਗਿਆ ਤੇ ਚੇਨਈ ਤੱਕ ਤਾਂ ਰੋਡਾਂ ਸਹੀ ਆ ਚੇਨਈ ਤੋਂ ਪੌਂਡੀਚੇਰੀ ਵੀ ਥੋੜ੍ਹਾ ਜਿਹਾ ਅੱਗੇ ਤੱਕ ਸਹੀ ਆ ਜਿਹੜੀ ਤੋਂ ਪਿੱਛੇ ਹੀ ਨੈਸ਼ਨਲ ਹਾਈਵੇ ਵੀ ਜਿਹੜੇ ਉਹ ਸਿੰਗਲ ਸਟਾਰਟ ਹੋ ਜਾਂਦੇ ਆ ਮਤਲਬ ਇਹ 4-500 ਕਿਲੋਮੀਟਰ ਦਾ ਸਨ ਰਹਿ ਗਿਆ ਪੰਜਾਬ ਤੋਂ ਲੈ ਕੇ ਚਲੋ ਪਿੱਛੇ ਕਸ਼ਮੀਰ ਤੱਕ ਤਾਂ ਸਮਝ ਆਉਂਦਾ ਜੀ ਬਈ ਪਹਾੜ ਆ ਇੱਥੇ ਪਹਾੜ ਨਹੀਂ ਹੈਗੇ 5-100 ਕਿਲੋਮੀਟਰ ਜੇ ਰੋਡਾਂ ਹੋਰ ਵਧੀਆ ਬਣਾ ਦੇਣ ਤਾਂ ਮਤਲਬ ਪੰਜਾਬ ਤੋਂ ਲੈ ਕੇ ਪੂਰਾ ਰਾਮੇਸ਼ਵਰਮ ਤੱਕ ਜਿਹੜੀਆਂ ਰੋਡਸ ਆ ਨਾ ਉਹ ਪਰਫੈਕਟ ਹੋ ਜਾਣਗੀਆਂ ਮਤਲਬ ਵਧੀਆ ਨੈਸ਼ਨਲ ਹਾਈਵੇ ਜਿਹੜੀਆਂ ਬਣ ਜਾਣਗੀਆਂ ਯਾਰ ਪਿੱਛੇ ਮੇਰੇ ਨਾ ਉੱਥੇ ਐਕਸੀਡੈਂਟ ਹੋਇਆ ਪਿਆ ਮੇਰਾ ਦਿਲ ਨਹੀਂ ਕਰ ਰਿਹਾ ਉੱਥੇ ਬੱਚਾ ਅੱਗੇ ਆ ਗਿਆ ਔਰ ਬੱਚਾ ਮਰਿਆ ਪਿਆ ਯਾਰ ਉੱਥੇ ਮੈਂ ਵੀਡੀਓ ਬਣਾ ਨਹੀਂ ਸਕਦਾ ਉੱਥੇ ਜਾ ਕੇ ਆ ਪਿੱਛੇ ਆ ਦੇਖੋ ਟਰੱਕ ਕਿਸੇ ਚੀਜ਼ ਦੇ ਥੱਲੇ ਆ ਗਿਆ ਯਾਰ ਮਰਿਆ ਪਿਆ ਉਹਦੇ ਇੱਦਾਂ ਹੱਥ ਜੂੜ ਲਈ ਗੱਡੀ ਉਹ ਪਿੱਛੇ ਤੁਹਾਨੂੰ ਦੇਖ ਰਿਹਾ ਹੋਣਾ ਸਾਰਾ ਕੁਛ ਪਰ ਮਤਲਬ ਸਮਝ ਤੋਂ ਬਾਹਰ ਹੋ ਗਈ ਕਹਾਣੀ ਇੱਕ ਵਾਰ ਮੈਂ ਵੀ ਗੱਡੀ ਚਲਾ ਰਿਹਾ ਮੈਂ ਫੋਨ ਨਹੀਂ ਫੜ ਹੋ ਰਿਹਾ ਆ ਜਾ ਐਂਬੂਲੈਂਸ ਆ ਗਈ ਉੱਦਾਂ ਹੀ ਪਿਆ ਯਾਰ ਚੱਕਿਆ ਵੀ ਨਹੀਂ ਕਿਸੇ ਨੇ ਜਿੱਦਾਂ ਪਿਆ ਬੱਚਾ ਉੱਦਾਂ ਦਾ ਉੱਦਾਂ ਹੀ ਪਿਆ ਉੱਥੇ ਬੜਾ ਗੰਦਾ ਐਕਸੀਡੈਂਟ ਹੋਇਆ ਯਾਰ ਪਤਾ ਨਹੀਂ ਕਿਹੜੀ ਜਗ੍ਹਾ ਆ ਮਤਲਬ ਇੱਥੇ ਜ਼ਿਆਦਾ ਕੁਡਲੋਰੇ ਪਤਾ ਨਹੀਂ ਕੀ ਕੋ ਯਾਰ ਉੱਦਾਂ ਤਾਂ ਇਹ ਖੁੱਲੀ ਡੁੱਲੀ ਰੋਡ ਆ ਮੈਂ ਬਿਲਕੁਲ ਵੀ ਮਤਲਬ ਮੇਰਾ ਕੈਮਰਾ ਕੱਢਣ ਮਤਲਬ ਮੈਂ ਤਾਂ ਲੰਘ ਗਿਆ ਇੱਦਾਂ ਮੈਂ ਚਾਹੁੰਦਾ ਮੈਂ ਪਿੱਛੇ ਜਾ ਕੇ ਬਣਾਉਂਦਾ ਯਾਰ ਬੱਚਾ ਇੱਦਾਂ ਪਿਆ ਹੋਇਆ ਸੀ ਉਹਦੀ ਇੱਦਾਂ ਬਾਂਹ ਦੇ ਉੱਤੇ ਖੂਨ ਤੇ ਸਿਰ 'ਚੋਂ ਖੂਨ ਔਰ ਕਿਸੇ ਨੇ ਚੱਕਿਆ ਕਿਉਂ ਨਹੀਂ ਯਾਰ ਉਹਨੂੰ ਇੱਦਾਂ ਹੀ ਪਿਆ ਬੜੀ ਭੀੜ ਸੀਗੀ ਉਹ ਐਂਬੂਲੈਂਸ ਵੈਸੇ ਆ ਗਈ ਸੀ ਉੱਥੇ ਜਾਂ ਤਾਂ ਐਂਬੂਲੈਂਸ ਵਾਲੇ ਚੱਕ ਰਹੇ ਸੀ ਉਹਨੂੰ ਮਤਲਬ ਆ ਗਈ ਸੀਗੀ ਪਰ ਉਸ ਤੋਂ ਪਹਿਲਾਂ ਕਿਉਂ ਨਹੀਂ ਚੱਕ ਐਂਬੂਲੈਂਸ ਕੋਈ 1 ਮਿੰਟ 'ਚ ਤਾਂ ਆਣ ਗਈ ਉਹਨੇ 5 ਮਿੰਟ ਹੋ ਗਏ ਹੋਣਗੇ 10 ਮਿੰਟ ਹੋ ਗਏ ਹੋਣਗੇ ਪਰ ਯਾਰ ਮੇਨ ਮੈਂ ਇੱਕ ਚੀਜ਼ ਦੱਸਾਂ ਤੁਹਾਨੂੰ ਬਈ ਪਹਿਲਾਂ ਤਾਂ ਯਾਰ ਹੌਲੀ ਚਲਾਉਣਾ ਚਾਹੀਦਾ ਗੱਡੀ ਵੀ ਹੌਲੀ ਚਲਾਓ ਉਹ ਐਂ ਲੱਗਦਾ ਵੀ ਕੋਈ ਗੱਡੀ ਜਾਂ ਟਰੱਕ ਵੱਜਿਆ ਬਾਈਕ ਦੇ ਵਿੱਚ ਬਾਈਕ ਪੂਰਾ ਹੈ ਉਦਾਂ ਔਰ ਨਾ ਬਾਈਕ ਦੀ ਸਵਾਰੀ ਯਾਰ ਸੇਫ ਨਹੀਂ ਹੈਗੀ ਬੱਚਿਆਂ ਨਾਲ ਤਾਂ ਬਿਲਕੁਲ ਹੀ ਨਹੀਂ ਹੈਗੀ ਯਾਰ ਇਹ ਖਤਰਨਾਕ ਜੀ ਸਵਾਰੀ ਆ ਬਾਈਕ ਪਤਾ ਨਹੀਂ ਇੱਕ ਤਾਂ ਇੰਡੀਆ ਦੇ ਵਿੱਚ ਡਿਊਟੀਜ਼ ਇੰਨੀਆਂ ਜ਼ਿਆਦਾ ਯਾਰ ਮਤਲਬ ਹਰੇਕ ਬੰਦਾ ਅਫੋਰਡ ਹੀ ਨਹੀਂ ਕਰ ਸਕਦਾ ਕਿ ਬਾਈਕ ਹੀ 1-1 ਲੱਖ ਰੁਪਏ ਦੇ ਹੋ ਗਏ ਆ ਔਰ
ਇਹ ਨਾ ਗਵਰਨਮੈਂਟ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ। ਹਾਲਾਂਕਿ ਰਤਨ ਟਾਟਾ ਨੇ ਇਹ ਚੀਜ਼ ਕੱਢੀ ਸੀਗੀ ਜਦੋਂ ਟਾਟਾ ਨੇ ਨੈਨੋ ਕੱਢੀ ਸੀਗੀ, ਹਰੇਕ ਘਰ ਜਿਹੜਾ ਬਾਈਕ ਬੰਦਾ ਲਵੇ ਤੋਂ ਗੱਡੀ ਵੀ ਲੈ ਸਕੇ, ਪਰ ਫਿਰ ਵੀ ਡਿਊਟੀ ਇੰਨੀ ਜ਼ਿਆਦਾ ਹੋ ਗਈ ਸੀਗੀ ਜੋ ਮਤਲਬ ਜੇ ਨੈਨੋ ਵਰਗੀ ਕਾਰ ਮੈਨੂੰ ਲੱਗਦਾ ਕਿਤੇ ਬਾਹਰ ਜਾਂ ਨੈਨੋ ਛੱਡੋ ਜਾਂ ਹੋਰ ਵੀ ਕਈ ਕਾਰਾਂ ਇੱਦਾਂ ਦੀਆਂ ਹੈਗੀਆਂ ਜਿਹੜੀਆਂ ਇੰਡੀਆ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਲੱਖ ਰੁਪਏ ਦੀਆਂ, ਹਰੇਕ ਬੰਦਾ ਲੈ ਸਕਦਾ ਬਾਹਰ। ਉਹ ਉਹਨਾਂ ਦੀ ਜੇ ਡਿਊਟੀ ਘਟਾ ਦੇਵੇ ਸਰਕਾਰ ਤਾਂ ਤਕਰੀਬਨ ਉਹ ਬੰਦਾ ਅਫੋਰਡ ਕਰ ਸਕੇ ਯਾਰ 1-1.25 ਲੱਖ ਰੁਪਏ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਬਾਈਕ ਵੀ 80-90 ਹਜ਼ਾਰ ਲੱਖ ਰੁਪਏ ਤੱਕ ਪਹੁੰਚ ਹੋ ਗਈ ਹੈ ਬਾਈਕ। ਬਾਈਕ 'ਤੇ ਯਾਰ ਬੱਚਿਆਂ ਨਾਲ ਟਰੈਵਲ ਬਿਲਕੁਲ ਨਾ ਕਰੋ ਯਾਰ, ਹੁਣ ਪਤਾ ਨਹੀਂ ਉਹਦੇ ਮਾਂ ਪਿਓ ਦਾ ਕੀ ਸੀ ਨਾ, ਪਰ ਬੱਚਾ ਤਾਂ ਨਹੀਂ ਆ, ਉਹਦੀ ਜਾਨ ਤੋਂ ਹੱਥ ਤੋਂ ਬੈਠਾ, ਦੇਖ ਕੇ ਲੱਗ ਰਿਹਾ ਸੀਗਾ ਬੜਾ ਮੁਸ਼ਕਿਲ ਸੀਗਾ, ਪੂਰਾ ਮਤਲਬ ਹੈ ਸੜਕ ਦੇ ਨਾਲ ਹੀ ਚਪੇਟਾ ਸੀਗਾ, ਮੁੱਧਾ ਪਿਆ ਸੀ ਬੱਚਾ ਯਾਰ। ਇੱਥੇ ਇੱਕ ਢਾਬਾ ਆ ਗਿਆ ਪਿਓਰ ਵੈਜ ਲਿਖਿਆ ਹੋਇਆ ਸੀਗਾ, ਮੈਂ ਕਿਹਾ ਚਲੋ ਇੱਥੋਂ ਕੁਛ ਨਾ ਕੁਛ ਖਾ ਹੀ ਲਈਏ, ਦੇਖਦੇ ਹਾਂ ਉਹ ਕੀ ਆ। ਵੈਸੇ ਮੈਨੂੰ ਲੱਗਦਾ ਵੀ ਸਾਊਥ ਇੰਡੀਅਨ ਹੀ ਮਿਲਣ ਵਾਲਾ, ਪਰ ਜੋ ਵੀ ਹੈ ਚਲੋ। ਰੈਸਟੋਰੈਂਟ ਦੇ ਵਿੱਚ ਮੈਂ ਆ ਗਿਆ, ਪਰ ਮੈਂ ਇੱਕ ਚੀਜ਼ ਇੱਥੇ ਤੁਹਾਨੂੰ ਦੱਸਾਂ, ਇੱਥੇ ਲੋਕਾਂ ਨੂੰ ਹਿੰਦੀ ਨਹੀਂ ਆਉਂਦੀ, ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਇੱਥੇ ਰੈਸਟੋਰੈਂਟ ਦੇ ਉੱਤੇ ਮਤਲਬ ਜਿਵੇਂ ਕੰਮ ਕਰਨ ਵਾਲੇ ਮੁੰਡੇ ਅਤੇ ਕੁੜੀਆਂ ਹੈਗੀਆਂ, ਕੁੜੀਆਂ ਬਹੁਤ ਜ਼ਿਆਦਾ ਕੰਮ ਇੱਥੇ ਕਰਦੀਆਂ ਰੈਸਟੋਰੈਂਟ 'ਚ ਜਿਹੜੀਆਂ ਔਡਰ ਲੈਣ ਆਉਂਦੀਆਂ, ਉਹਨਾਂ ਨੂੰ ਸਾਰਿਆਂ ਨੂੰ ਨਾ ਇੰਗਲਿਸ਼ ਆਉਂਦੀ, ਮਤਲਬ ਉਹ ਇੰਗਲਿਸ਼ ਤੁਹਾਡੇ ਨਾਲ ਗੱਲ ਕਰ ਸਕਦੇ, ਇੰਗਲਿਸ਼ ਦੇ ਵਿੱਚ ਤੁਸੀਂ ਔਡਰ ਦਿਓਗੇ ਲੈ ਲਓਗੇ, ਮਤਲਬ ਇੱਥੇ ਹਰ ਇੱਕ ਬੰਦਾ ਆਪਦੀ ਮਾਂ ਬੋਲੀ ਤਾਂ ਆਉਂਦੀ ਹੁੰਦੀ, ਉਸ ਤੋਂ ਇਲਾਵਾ ਇਹਨਾਂ ਨੂੰ ਇੰਗਲਿਸ਼ ਆਉਂਦੀ ਹਰ ਬੱਚੇ ਨੂੰ। ਇਹਦਾ ਮਤਲਬ ਐਜੂਕੇਸ਼ਨ ਸਿਸਟਮ ਜਿਹੜਾ ਇਹਨਾਂ ਦਾ ਨਾ ਬਹੁਤ ਵਧੀਆ ਹੈ, ਮਤਲਬ ਇੱਕ 10th 12th ਪਾਸ ਵੀ ਜਿਹੜਾ ਬੰਦਾ ਕਿਤੇ ਕੰਮ ਕਰ ਰਿਹਾ ਉਹਨੂੰ ਵੀ ਚੰਗੀ ਖਾਸੀ ਇੰਗਲਿਸ਼ ਆਉਂਦੀ ਆ, ਤੁਹਾਡੇ ਨਾਲ ਗੱਲ ਕਰ ਸਕਦਾ ਹੈ, ਸੋ ਇਹ ਚੀਜ਼ ਕਾਫੀ ਵਧੀਆ ਲੱਗੀ। ਇਹ ਚਪਾਤੀਆਂ ਇਹ ਮੈਨੂੰ ਥੋੜ੍ਹੀਆਂ ਠੀਕ ਠਾਕ ਲੱਗਦੀਆਂ, ਬਾਕੀ ਖਾ ਕੇ ਦੇਖਦਾ। ਔਰ ਇਹ ਆਹ ਜਿਹੜੀ ਆ ਨਾ, ਆਹ ਥੱਲੇ ਜ਼ਰੂਰ ਕੇਲੇ ਦਾ ਪੱਤਾ ਜਿਹੜਾ ਜ਼ਰੂਰ ਦੇਣਗੇ, ਸੋ ਵਧੀਆ ਚੀਜ਼ ਆ। ਸਾੜੀ ਮਾੜੀ ਮੋਟੀ ਜੇ ਨਹੀਂ ਵੀ ਸਾਫ਼ ਢਾਬਿਆਂ 'ਤੇ ਇੱਦਾਂ ਵੈਸੇ ਹੁੰਦਾ ਨੋਰਮਲੀ, ਤਾਂ ਕੋਈ ਚੱਕਰ ਨਹੀਂ ਹੈ, ਪਰ ਚਮਚਾ ਜਿਹੜਾ ਨਾ ਉਹ ਨਹੀਂ ਦਿੰਦੇ, ਉਹ ਮੰਗਣਾ ਹੀ ਪੈਂਦਾ। ਲਓ ਬਈ PV 65 ਤਕਰੀਬਨ 2700-2250 ਕਿਲੋਮੀਟਰ ਚੱਲ ਕੇ ਪੌਂਡੀਚੇਰੀ ਤੋਂ ਵੀ ਅੱਗੇ ਆ ਕੇ ਖੜ੍ਹੀ ਆ, ਰਾਮੇਸ਼ਵਰਮ ਪਹੁੰਚਣ ਵਾਲੀ ਆ, ਸੋ ਇੰਡੀਆ ਦੇ ਲਾਸਟ ਕੰਢੇ 'ਤੇ ਆਪਾਂ ਲਾ ਦੇਣੀ ਆ, ਰੱਬ ਸੁੱਖ ਰੱਖੇ। ਇਹ ਰੋਡ ਆ ਜੀ ਜਿਹੜੀ ਚੱਲੀ ਆ ਰਾਮੇਸ਼ਵਰਮ ਨੂੰ, ਇਹ ਹਾਲੇ ਹੁਣ ਤੱਕ ਦਾ ਡਬਲ ਆਏ, ਅੱਗੇ ਜਾ ਕੇ ਮੈਨੂੰ ਲੱਗਦਾ ਇਹ ਵੀ ਸਿੰਗਲ ਹੋ ਜੂਗੀ। ਇਹ ਸੀਗਾ ਰੈਸਟੋਰੈਂਟ ਜਿੱਥੋਂ ਆਪਾਂ ਖਾਧਾ, ਵਧੀਆ ਬਣਿਆ ਹੋਇਆ ਯਾਰ ਇੱਥੇ। ਇੱਥੇ ਦੱਸਿਆ ਹੋਣਾ ਕਿਸੇ ਵੀਡੀਓ ਦੇ ਵਿੱਚ ਵੀ ਕਿ ਇੱਥੇ ਜਿਹੜੇ ਨਾ ਝੰਡੇ ਬੜੇ ਲੱਗੇ ਆਉਂਦੇ ਆ, ਝੰਡਾ ਆਉਂਦਾ ਅਤੇ ਉਹਦੇ ਉੱਤੇ ਨਾ ਇੱਕ ਤਾਰਾ ਜਿਹਾ ਬਣਿਆ ਹੁੰਦਾ, ਸੋ ਉਹ ਝੰਡਾ ਇੱਥੇ ਬਹੁਤ ਜ਼ਿਆਦਾ ਲੱਗਿਆ, ਪੂਰੇ ਤਾਮਿਲਨਾਡੂ ਦੇ ਵਿੱਚ ਹੀ ਮੈਂ ਦੇਖ ਰਿਹਾ, ਮੈਨੂੰ ਸਮਝ ਨਹੀਂ ਲੱਗੀ ਵੀ ਉਹ ਝੰਡਾ ਹੈ ਕਿਸ ਚੀਜ਼ ਦਾ। ਸੋ ਇੱਥੇ ਇੱਕ ਸਾਹਮਣੇ ਮੇਰੇ ਇੱਕ ਪੈਟਰੋਲ ਪੰਪ ਵਰਗਾ ਆਇਆ, ਔਰ ਉੱਥੇ ਲੱਗਿਆ ਹੋਇਆ ਬੰਗਲਾਦੇਸ਼ ਦਾ ਝੰਡਾ, ਮੈਂ ਹੈਰਾਨ ਆ ਯਾਰ ਇਸ ਗੱਲ 'ਤੇ। ਉਹ ਦੇਖੋ, ਮੈਂ ਜ਼ੂਮ ਕਰੂੰਗਾ ਦਿਖਾਊਂਗਾ, ਦੇਖਿਓ ਉਹ ਦੇਖੋ, ਤੁਹਾਨੂੰ ਦੇਖ ਗਿਆ ਹੋਣਾ, ਉਹ ਬੰਗਲਾਦੇਸ਼ ਦਾ ਝੰਡਾ ਲਾਇਆ ਹੋਇਆ, ਪਤਾ ਨਹੀਂ ਕਿਉਂ। ਲਓ ਵੀ ਇੱਥੇ ਚੱਲਦੇ ਚੱਲਦੇ ਕੈਫੇ ਆ ਗਿਆ, ਚਲੋ ਫਿਰ ਕੌਫੀ ਕੈਫੇ, ਇੱਧਰ ਰਹਿ ਗਿਆ ਰਾਮੇਸ਼ਵਰਮ। ਰਾਮੇਸ਼ਵਰਮ ਇੱਥੋਂ ਰਹਿ ਗਿਆ ਤਕਰੀਬਨ 85 ਕਿਲੋਮੀਟਰ, ਦੇਖ ਸਕਦੇ ਹੋ ਵਿਊ ਕਿੰਨਾ ਪਿਆਰਾ। ਔਰ ਮੇਰੇ ਪਿੱਛੇ ਇਹ ਲੱਗਿਆ ਹੋਇਆ ਨਰਮਾ, ਨਰਮਾ ਇੱਥੇ ਕਾਫੀ ਸਾਊਥ ਇੰਡੀਆ ਦੇ ਵਿੱਚ ਬੀਜਿਆ ਜਾਂਦਾ, ਪਰ ਇਹ ਰੋਡ ਵੀ ਬੜੀ ਸ਼ਾਨਦਾਰ ਆ, ਮਜ਼ਾ ਆ ਗਿਆ ਬਾਈ ਮਜ਼ਾ। ਬਈ ਇਹ ਵਿਊ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਯਾਰ ਨਜ਼ਾਰਾ ਬਣਿਆ ਹੋਇਆ। ਸੋ ਰਾਮੇਸ਼ਵਰਮ ਇੱਧਰ ਨੂੰ ਆ, ਉਹ ਨੈਸ਼ਨਲ ਹਾਈਵੇ 536 ਜਾ ਰਹੀ ਆ, ਔਰ ਇਹ ਸਿੱਧਾ ਇੱਧਰ ਜਾ ਕੇ, ਕਿਉਂਕਿ ਸਮੁੰਦਰ ਇੱਥੋਂ 7-8 ਕਿਲੋਮੀਟਰ ਹੀ ਰਹਿ ਗਿਆ ਟੋਟਲੀ, ਔਰ ਇੱਥੋਂ ਇਹ ਜਿਹੜੀ ਰੋਡ ਜਾ ਕੇ ਇੱਥੋਂ ਮਤਲਬ 82-83 ਕਿਲੋਮੀਟਰ ਆ ਅਤੇ ਰਾਮੇਸ਼ਵਰਮ ਵੜ ਜੂਗੀ, ਉਸ ਤੋਂ ਅੱਗੇ ਮਤਲਬ ਉਸ ਤੋਂ ਅੱਗੇ ਤਾਂ ਫਿਰ ਥੋੜ੍ਹਾ ਜਿਹਾ ਅੱਗੇ ਜਾ ਕੇ ਸ਼੍ਰੀਲੰਕਾ ਹੀ ਆ। ਓਹੋ ਬਾਈ ਸ਼ਾਨਦਾਰ ਸ਼ਾਨਦਾਰ ਆ ਬਾਈ ਕੰਮ, ਗੱਲਬਾਤ ਪੂਰੀ ਹੈ। ਸਮੁੰਦਰ ਦੇ ਬਹੁਤਾ ਜ਼ਿਆਦਾ ਨੇੜੇ ਹੋਣ ਕਰਕੇ ਇੱਥੇ ਥਾਂ ਥਾਂ ਦੇ ਉੱਤੇ ਨਾ ਜਿਹੜੀਆਂ ਮਤਲਬ ਆਉਂਦਾ ਰਹਿੰਦਾ, ਮਤਲਬ ਜਿਵੇਂ ਕਿਤੇ ਆਪਾਂ ਜਾ ਰਹੇ ਹਾਂ ਅਤੇ ਇੱਧਰ ਲੇਕ ਆ ਗਈ ਉਹ ਆ ਗਈ, ਪਰ ਕਈ ਲੇਕ ਸੁੱਕੀਆਂ ਹੋਈਆਂ, ਕੋਈ ਕਿੱਦਾਂ ਕੋਈ ਕਿੱਦਾਂ, ਮਤਲਬ ਪਰ ਆਉਂਦੀਆਂ ਰਹਿੰਦੀਆਂ ਥਾਂ ਥਾਂ 'ਤੇ। ਸੋ ਜਿਹੜਾ ਮਤਲਬ ਬਹੁਤ ਵਧੀਆ ਜਿਹੜਾ ਨਾ ਮਾਹੌਲ ਆ ਬਣਿਆ ਹੋਇਆ, ਔਰ ਟਰੈਵਲਿੰਗ ਦਾ ਪੂਰਾ ਪੂਰਾ ਨਜ਼ਾਰਾ ਜਿਹੜਾ ਨਾ ਆ ਰਿਹਾ। ਤਾਮਿਲਨਾਡੂ ਦੇ ਵਿੱਚ 105 ਰੁਪਏ ਤੇਲ ਆ, ਔਰ ਇਹਦੇ ਵਿੱਚ ਮੈਂ 86 ਦੇ ਹਿਸਾਬ ਨਾਲ ਪਵਾਇਆ, ਔਰ ਤਕਰੀਬਨ ਯਾਰ ਨਾ ਜਿੰਨਾ ਤੇਲ ਲੱਗਿਆ
ਉਹਦੇ ਅੱਧ ਅੱਧ ਜਿਹਨੇ ਮੈਨੂੰ ਟੈਕਸ ਵੀ ਟੂਲ ਟੈਕਸ ਵੀ ਪੈ ਗਿਆ ਹੁਣ ਤੱਕ 6000 ਤੋਂ ਵੱਧ ਮੈਂ ਟੂਲ ਟੈਕਸ ਭਰ ਚੁੱਕਿਆ ਅਤੇ ਤੇਲ ਮੇਰਾ ਤਕਰੀਬਨ 14,000 ਦੇ ਨੇੜੇ ਤੇੜੇ ਮੱਚ ਚੁੱਕਿਆ ਹੋਊਗਾ ਮੈਂ 3 ਵਾਰ ਤਾਂ ਟੈਂਕੀ ਫੁੱਲ ਕਰਾ ਲਈ ਬਾਕੀ 1-2 ਵਾਰ ਅੱਧੀ ਟੈਂਕੀ ਸੀ ਉਦੋਂ ਵੀ ਫੁੱਲ ਕਰਾਈ ਬਾਕੀ ਮੈਂ ਤਾਂ ਪੂਰਾ ਹਿਸਾਬ ਤਾਂ ਮੈਂ ਐਂਡ 'ਤੇ ਟ੍ਰਿਪ 'ਤੇ ਦੱਸੂੰਗਾ ਯਾਰ ਮੈਨੂੰ ਬੜਾ ਦੁੱਖ ਆ ਟੂਲ ਟੈਕਸਾਂ ਦਾ ਹੀ ਸਭ ਤੋਂ ਜ਼ਿਆਦਾ ਕਿ ਇੰਨੇ ਜ਼ਿਆਦਾ ਟੂਲ ਟੈਕਸ ਭਰਨ ਤੋਂ ਬਾਅਦ ਵੀ ਕਾਫੀ ਖੱਡਿਆਂ ਦੇ ਵਿੱਚ ਗੱਡੀ ਵੱਜਦੀ ਆਈ ਆ ਲਾਈਨਮੈਂਟ ਤਕਰੀਬਨ ਕਰਾਉਣੀ ਪੈਣੀ ਔਰ ਟਾਇਰ ਟੂਰ ਵੀ ਮਤਲਬ ਜਿਹੜੇ ਨਾ ਗਏ ਹੋਣਗੇ ਮਤਲਬ ਇੰਨੇ ਟੂਲ ਟੈਕਸ ਭਰਨ ਤੋਂ ਬਾਅਦ ਵੀ ਜਿਹੜਾ ਨਾ ਇਹ ਥੋੜ੍ਹਾ ਜਿਹਾ ਮੈਨੂੰ ਅਜੀਬ ਲੱਗਿਆ ਬਾਕੀ ਠੀਕ ਆ ਮਤਲਬ ਜਿੰਨੇ ਜਿਸ ਤਰ੍ਹਾਂ ਮਤਲਬ ਜਗ੍ਹਾ ਜਗ੍ਹਾ ਦੇ ਟੂਲ ਟੈਕਸ ਔਰ ਬਹੁਤ ਜ਼ਿਆਦਾ ਜ਼ਿਆਦਾ ਕਿ ਪਿੱਛੇ 125 ਆਇਆ ਅੱਗੇ 155 ਉਸ ਤੋਂ ਅਗਲਾ ਫਿਰ 155 150 120 125 ਇੱਦਾਂ ਮਤਲਬ ਵੱਡੇ ਵੱਡੇ ਟੂਲ ਟੈਕਸ ਆ ਬਹੁਤ ਜ਼ਿਆਦਾ ਮਤਲਬ ਸਾਊਥ ਇੰਡੀਆ ਦੇ ਕਿਤੇ ਕਿਤੇ ਠੀਕ ਆ ਪਰ ਕਿਤੇ ਕਿਤੇ ਬਹੁਤ ਹੀ ਜ਼ਿਆਦਾ ਜਿਹੜੇ ਨਜਾਇਜ਼ ਆ ਚਲੋ ਬਾਈ ਇਹ ਪਿਆਰੇ ਜੇ ਵਿਊ ਨੂੰ ਬਾਏ ਬਾਏ ਕਹਿੰਦੇ ਹੋਏ ਅੱਗੇ ਨਿਕਲੀਏ ਉਹ ਬਈ ਟੂਲ ਟੈਕਸ ਦੀ ਮੈਂ ਗੱਲ ਕਰਕੇ ਹਟਿਆ ਸੀ ਇਹ ਫੇਰ ਆ ਗਿਆ ਟੋਲ ਗੇਟ 1 ਕਿਲੋਮੀਟਰ ਅੱਗੇ ਯਾਰ ਲੁੱਟ ਲਿਆ ਬਈ ਲੁੱਟ ਲਿਆ ਲੁੱਟੇ ਗਏ ਬਈ ਟੂਲ ਟੈਕਸਾਂ ਨੇ ਲੁੱਟ ਲਏ ਓਏ ਹੁਣ ਪਤਾ ਨਹੀਂ ਇਹ ਕਿੰਨੇ ਦਾ ਹੋਊਗਾ ਵੈਸੇ ਮੇਰੇ ਹਿਸਾਬ ਨਾਲ ਇੱਕ ਮਤਲਬ ਹੈ ਤਾਂ ਇਹ ਨੈਸ਼ਨਲ ਹਾਈਵੇ ਆ ਪਰ ਇਹ ਮਤਲਬ ਇੰਨੀ ਜ਼ਿਆਦਾ ਚੱਲਦੀ ਨਹੀਂ ਆ ਜਿਹੜੀਆਂ ਨੈਸ਼ਨਲ ਹਾਈਵੇ ਘੱਟ ਚੱਲਦੀਆਂ ਹੁੰਦੀਆਂ ਉਹਦੇ ਟੂਲ ਟੈਕਸ ਜਿਹੜੇ ਥੋੜ੍ਹੇ ਘੱਟ ਹੁੰਦੇ ਪਿੱਛੇ ਵੀ ਜਿਹੜਾ ਇੱਕ ਲਾਸਟ ਇਸ ਤੋਂ ਪਿੱਛੇ ਆਇਆ ਸੀ 55 ਰੁਪਈਆਂ ਦਾ ਆਇਆ ਸੀਗਾ ਅਤੇ ਲਿਖਿਆ ਹੋਇਆ ਤਾਂ ਮੈਂ ਤੁਹਾਨੂੰ ਦਿਖਾਉਣਾ 35 ਰੁਪਏ ਆ ਬਈ ਅਪ ਡਾਊਨ ਜੇ 50 ਵੈਸੇ 35 ਰੁਪਏ ਮਤਲਬ 24 ਘੰਟੇ ਜੇ ਵਾਪਸ ਆ ਜਾਂਦੇ ਤਾਂ ਫਾਸਟੈਗ ਆਪੇ ਬਾਅਦ 15 ਰੁਪਏ ਕੱਟੂਗਾ ਸੋ ਠੀਕ ਹੈ ਤਾਂ ਫਿਰ ਵੀ ਯਾਰ ਰੋਡ ਦੇ ਹਿਸਾਬ ਨਾਲ ਟੂਲ ਟੈਕਸ ਘੱਟ ਆ ਰੋਡ ਬੜੀ ਜ਼ਿਆਦਾ ਸ਼ਾਨਦਾਰ ਬਣੀ ਹੋਈ ਹੈ ਮਤਲਬ ਕੋਈ ਉਖੜੀ ਵਗੈਰਾ ਨਹੀਂ ਸੀ ਇਹ 'ਚ ਪਿੱਛੇ ਰੋਡ 125-155 ਇੱਦਾਂ ਲੈ ਲਏ ਪਰ ਰੋਡ ਦੇ ਵਿੱਚ ਖੱਡੇ ਸੀ ਸੋ ਇਹ ਚੀਜ਼ ਤਾਂ ਮਤਲਬ ਬਿਲਕੁਲ ਯਾਰ ਫਿਰ ਸਕੈਮ ਹੋ ਗਿਆ ਇੱਕ ਤਰ੍ਹਾਂ ਦਾ ਗਵਰਨਮੈਂਟ ਵੱਲੋਂ ਕੀਤਾ ਗਿਆ ਸਕੈਮ ਹੋ ਗਿਆ ਜਾਂ ਇਹ ਪ੍ਰਾਈਵੇਟ ਕੰਪਨੀਆਂ ਵੱਲੋਂ ਕੀਤਾ ਜਾ ਰਿਹਾ ਸਕੈਮ ਹੋ ਗਿਆ ਹੈਨਾ ਕਿ ਜੇ ਗਵਰਨਮੈਂਟ ਇਹਨਾਂ ਨੂੰ ਠੇਕਾ ਜਾਂ ਕੁਝ ਦਿੰਦੀ ਆ ਤਾਂ ਘੱਟੋ ਘੱਟ ਇਹਨਾਂ ਨੂੰ ਵੀ ਆਪਦਾ ਕੰਮ ਸਮਝਣਾ ਚਾਹੀਦਾ ਖੈਰ ਇਹ ਤਾਂ ਫਿਰ ਵੀ ਠੀਕ ਆ ਯਾਰ ਚਲੋ ਵੀ ਹੋ ਗਿਆ ਡਨ ਟੂਲ ਟੈਕਸ ਤਾਂ ਕਈ ਬੜੇ ਫਾਸਟ ਹੁੰਦੇ ਆ ਕਈ ਬੜੇ ਸਲੋ ਸਲੋ ਜੇ ਹੁੰਦੇ ਆ ਯਾਰ ਹਰੇਕ ਦੀ 40-50 ਕਿਲੋਮੀਟਰ ਬਾਅਦ ਟੂਲ ਟੈਕਸ ਆ ਕੋਈ ਕੋਈ ਵਿਰਲੀ ਥਾਂ ਜਾਂਦੀ ਆ ਉਹ ਵੀ ਉੱਥੇ ਪਤਾ ਨਹੀਂ ਕਿਉਂ ਨੈਸ਼ਨਲ ਹਾਈਵੇ ਜਿਹੜੇ ਵੱਡੇ ਚੱਲਦੇ ਆ ਜੇ ਉੱਥੇ ਜਾਂਦੀ ਆ ਤਾਂ ਫਿਰ ਟੂਲ ਟੈਕਸ ਵੀ ਐਂ ਆਉਂਦਾ ਬਈ 155-175 ਤਾਂ ਕਿ ਚਲੋ ਯਾਰ 2-2.5 ਰੁਪਏ ਪ੍ਰਤੀ ਕਿਲੋਮੀਟਰ ਇੰਡੀਆ ਦੇ ਵਿੱਚ ਤੁਸੀਂ ਟੂਲ ਟੈਕਸ ਦਿੰਦੇ ਹੋ 2-2.5 ਰੁਪਏ ਜਿਹੜੇ ਕਿ ਬਹੁਤ ਜ਼ਿਆਦਾ ਯਾਰ ਸੋਚ ਕੇ ਦੇਖੋ ਹੁਣ ਤੱਕ ਮਤਲਬ ਜਿਵੇਂ ਟੈਕਸੀ ਵਗੈਰਾ ਦੇ ਕੋਈ ਆਪਾਂ ਟਰੈਵਲ ਕਰਦੇ ਹਾਂ ਤਾਂ ਉਹਨਾਂ ਦੇ ਰੇਟ ਹੁੰਦੇ ਆ 8 ਰੁਪਏ ਕਿਲੋਮੀਟਰ 10 ਰੁਪਏ ਚਲੋ ਹੁਣ ਤੇਲ ਮਹਿੰਗਾ ਹੋ ਗਿਆ 12-15 ਤੱਕ ਲੈ ਗਏ ਹੋਣਗੇ ਖਿੱਚ ਕੇ ਪਰ 2.5-2.5-3-3 ਰੁਪਏ ਟੂਲ ਟੈਕਸ ਦੇ ਰਹੇ ਹਾਂ ਮੈਂ ਹੁਣ ਤੱਕ ਕੋਈ 5000 ਦੇ ਉੱਤੇ ਦੇ ਟੂਲ ਟੈਕਸ ਦੇ ਮੇਰਾ ਐਸਟੀਮੇਟ ਆ ਕਿਉਂਕਿ ਮੈਂ 3500 ਰੁਪਏ ਉਹ 'ਚ ਪਾ ਕੇ ਚੱਲਿਆ ਸੀ ਉਸ ਤੋਂ ਬਾਅਦ ਮੈਂ 3000 ਹੋਰ ਐਡ ਕੀਤਾ ਉਹ 3000 ਚੋਂ ਕਿੰਨੇ ਵਜੇ ਉਹ ਮੈਂ ਜਾ ਕੇ ਦੱਸੂ ਇਸ ਪਾਸੇ ਦੇ ਖੇਤ ਤੁਸੀਂ ਦੇਖ ਸਕਦੇ ਹੋ ਮੈਨੂੰ ਥੋੜੀ ਥੋੜੀ ਸਾਡੇ ਪਿੰਡ ਦੀ ਯਾਦ ਆ ਰਹੀ ਆ ਸਾਡੇ ਮਤਲਬ ਫਾਜ਼ਿਲਕਾ ਏਰੀਆ ਦੇ ਵਿੱਚ ਕਾਫੀ ਇਦਾਂ ਦੇ ਪਿੰਡ ਹੈਗੇ ਆ ਜਿੱਥੇ ਮਤਲਬ ਇਦਾਂ ਦੀਆਂ ਕਿੱਕਰਾਂ ਕੁੱਕਰਾਂ ਹੈਗੀਆਂ ਉਹਦਾ ਕਾਰਨ ਸੇਮ ਆ ਥੱਲੇ ਮਤਲਬ ਸੇਮ ਤੁਸੀਂ ਸਮਝ ਸਕਦੇ ਹੋ ਸੋਰਾ ਕਹਿ ਲਓ ਮਤਲਬ ਨਮਕ ਆ ਇੱਕ ਤਰ੍ਹਾਂ ਦਾ ਧਰਤੀ ਦੇ ਵਿੱਚ ਵਾਟਰ ਲੈਵਲ ਜਿਹੜਾ 3-4 ਫੁੱਟ ਹੀ ਆ 4-5 ਫੁੱਟ ਤੇ ਮਤਲਬ ਜੇ 10 ਫੁੱਟ ਦੀ ਕੋਈ ਡਿੱਗੀ ਵੀ ਪੱਟਣੀ ਹੋਵੇ ਨਾ ਤਾਂ ਥੱਲੇ ਪਾਣੀ ਆ ਜਾਂਦਾ ਵਾਟਰ ਲੈਵਲ ਬਹੁਤ ਉੱਪਰ ਆ ਪਰ ਉਹ ਪਾਣੀ ਸਾਰਾ ਖਾਰਾ ਆ ਤੇ ਉੱਪਰ ਸੋਰਾ ਆ ਸੋ ਇੱਥੇ ਵੀ ਇੱਥੇ ਤਾਂ ਚਲੋ ਖੈਰ ਸਮੁੰਦਰ ਇਥੋਂ 8-10 ਕਿਲੋਮੀਟਰ ਦੂਰ ਆ ਸੋ ਇਸ ਏਰੀਆ ਦੇ ਵਿੱਚ ਇਹ ਚੀਜ਼ ਹੈਗੀ ਆ ਕਿਉਂਕਿ ਦੇਖੋ ਇੱਥੇ ਪਹਾੜੀ ਕਿੱਕਰਾਂ ਨਾ ਜਿਹੜੀਆਂ ਉਸ ਥਾਂ ਦੇ ਵਿੱਚ ਹੋਰ ਕੁਝ ਹੋਵੇ ਨਾ ਹੋਵੇ ਇਹ ਪਹਾੜੀ ਕਿੱਕਰਾਂ ਜ਼ਰੂਰ ਹੋ ਜਾਣਗੀਆਂ ਯਾ ਰਾਮੇਸ਼ਵਰਮ ਨੂੰ ਮੁੜਨ ਵਾਲਾ ਰੋਡ ਤੇ ਇਹ ਇਥੋਂ ਰਾਮੇਸ਼ਵਰਮ ਹੈਗਾ 60 ਕਿਲੋਮੀਟਰ ਇੱਥੇ ਨੈਸ਼ਨਲ ਹਾਈਵੇ 32 ਦੇ ਉੱਤੇ ਮੈਂ ਜਿਹੜਾ ਮੜੂੰਗਾ ਇਥੋਂ ਇਹ 536 ਤੇ ਆਪਾਂ ਪਿੱਛੋਂ ਆ ਰਹੇ ਸੀ ਇਹ 36 ਜਿਹੜਾ ਅੱਗੇ ਚਲਾ ਜਾਂਦਾ ਆਲੋ ਬੋਲ ਵੀ ਦਿੱਤਾ ਇਵਨ ਹੁਣ ਮੇਰੇ ਦੋਨੇ ਪਾਸੇ ਪਾਣੀ ਆ ਚੁੱਕਿਆ ਪਰ ਮਤਲਬ ਇਦਾਂ ਨਹੀਂ ਦਿਖ ਰਿਹਾ ਇੱਕ ਸਾਈਡ ਤੋਂ 2 ਕਿਲੋਮੀਟਰ ਹੋਊਗਾ ਇੱਕ ਸਾਈਡ ਤੋਂ 3-4 ਕਿਲੋਮੀਟਰ ਹੋਊਗਾ ਔਰ ਥੋੜੀ ਦੇਰ ਬਾਅਦ ਆ ਜਾਊਗਾ ਪੰਮਨ ਬ੍ਰਿਜ ਜਿਹੜਾ ਰਾਮੇਸ਼ਵਰਮ ਆ ਉਹ ਇੱਕ ਆਈਲੈਂਡ ਆ ਇੱਕ ਤਰ੍ਹਾਂ ਦਾ ਆਈਲੈਂਡ ਤੇ ਇੱਕ ਤਰ੍ਹਾਂ ਦਾ ਨਹੀਂ ਉਹ ਆਈਲੈਂਡ ਹੀ ਆ ਪਰ ਪੰਮਨ ਬ੍ਰਿਜ ਬਣਨ ਤੋਂ ਬਾਅਦ ਉਹ ਮਤਲਬ ਇੱਕ ਮੇਨਲੈਂਡ ਇੰਡੀਆ ਨਾਲ ਕਨੈਕਟ ਹੋ ਗਿਆ ਤੁਸੀਂ ਦੇਖ ਸਕਦੇ ਹੋ ਟ੍ਰੇਨ ਲਾਈਨ ਆ ਗਈ ਹੈ ਟ੍ਰੇਨ ਲਾਈਨ ਬਸ ਹੁਣ ਇੱਥੋਂ ਲਿੰਕ ਹੋ ਗਈ ਕਿਉਂਕਿ ਇੱਥੇ 7-8 ਕਿਲੋਮੀਟਰ ਤੇ ਮਤਲਬ ਜਿਹੜਾ ਪੰਮਨ ਬ੍ਰਿਜ ਆ ਜਾਣਾ ਔਰ ਪੰਮਨ ਬ੍ਰਿਜ ਦੇ ਨਾਲ ਹੀ ਜਿਹੜਾ ਨਾ ਟ੍ਰੇਨ ਵੀ ਲੰਘਦੀ ਆ ਉੱਥੇ ਸਾਈਡ ਤੋਂ ਉਹਨੇ ਪਾਸੇ ਜਿਹੜਾ ਸਮੁੰਦਰ ਆ ਚੁੱਕਿਆ ਇੱਧਰ ਵੀ ਸਮੁੰਦਰ ਆ ਔਰ ਨਾਲ ਰੇਲਵੇ ਲਾਈਨ ਵੀ ਆ ਇਹ ਪਹਿਲਾ ਰੋਡ ਹੀ ਹੋਗਾ ਮੈਨੂੰ ਲੱਗਦਾ ਨਹੀਂ ਜਿੱਥੇ ਦੇਖੋ ਸਮੁੰਦਰ ਰੋਡ ਰੇਲਵੇ ਲਾਈਨ ਤੇ ਫਿਰ ਸਮੁੰਦਰ ਮਤਲਬ ਜਿੱਥੇ ਤਿੰਨੋਂ ਇਕੱਠੇ ਹੋਣ ਇੱਕ ਨੈਸ਼ਨਲ ਹਾਈਵੇ ਇੱਕ ਟ੍ਰੇਨ ਦਾ ਜਿਹੜਾ ਟਰੈਕ ਆ ਤੇ ਉਸ ਦੇ ਨਾਲ ਹੀ ਜਿਹੜਾ ਆਪਣਾ ਸਮੁੰਦਰ ਹੋਵੇ ਇਹਦਾ ਬਿਲਕੁਲ ਵਿਚਾਲੇ 1914 ਚ ਬਣਾਇਆ ਗਿਆ ਸੀ ਪੰਮਨ ਬ੍ਰਿਜ ਆ ਜਿਹੜਾ ਔਰ ਇਹ ਇੰਡੀਆ ਦਾ 2010 ਤੱਕ ਸਭ ਤੋਂ ਲੰਬਾ ਸੀ ਲਿੰਕ ਬ੍ਰਿਜ ਸੀਗਾ ਤੇ ਇਹ ਪੰਮਨ ਜਿਹੜਾ ਆਈਲੈਂਡ ਆ ਤੇ ਰਾਮੇਸ਼ਵਰਮ ਨੂੰ ਕਨੈਕਟ ਕਰਨ ਲਈ ਮੇਨਲੈਂਡ ਇੰਡੀਆ ਨਾਲ ਬਣਾਇਆ ਗਿਆ ਸੀ ਸਨ 1914 ਦੇ ਵਿੱਚ ਇਹ ਆ ਚੁੱਕਿਆ ਦੇਖ ਸਕਦੇ ਹੋ ਤੁਸੀਂ ਪੰਮਨ ਬ੍ਰਿਜ ਜਿਹੜਾ ਸ਼ੁਰੂ ਹੋ ਗਿਆ ਲਓ ਬਈ ਇਹ ਵਿਊ ਦੇਖੋ ਬਈ ਓਏ ਹੋਏ 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 ਇਹ ਪੰਮਨ ਬ੍ਰਿਜ ਦਾ ਵਿਊ ਆ ਬੜਾ ਸ਼ਾਨਦਾਰ ਬੜੇ ਲੋਕਾਂ ਨੇ ਗੱਡੀ ਵਗੈਰਾ ਇੱਥੇ ਰੋਕੀ ਹੋਈ ਸੀ ਸੋ ਮੈਂ ਵੀ ਰੋਕਤੀ ਤੇ ਦੇਖ ਸਕਦੇ ਹੋ ਤੁਸੀਂ ਇਹ ਵਿਊ ਓਏ ਆ ਜਾ ਰਿਹਾ ਸਾਹਮਣੇ ਰੇਲਵੇ ਟਰੈਕ ਇਹ ਉਰਲੇ ਪਾਸੇ ਵਾਲਾ ਨਾ ਜਿਹੜਾ ਤੁਹਾਨੂੰ ਦੇਖ ਰਿਹਾ ਹੋਊਗਾ ਇੱਥੋਂ ਮੈਂ ਦੱਸਦਾ
ਜਿਹੜਾ ਉਰਲੇ ਪਾਸੇ ਆ ਇਹ ਪੁਰਾਣਾ ਹੈ ਤੇ ਜਿਹੜਾ ਪਰਾਂ ਬਣ ਰਿਹਾ ਉਹ ਨਵਾਂ ਬਣ ਰਿਹਾ ਪਰਾਂ ਦੇਖੋ ਨਵਾਂ ਬਣ ਰਿਹਾ ਉਹ ਨਵਾਂ ਬਣ ਰਿਹਾ ਉਧਰ ਸੋ ਦਾ ਕਾਰਨ ਇਹ ਹੈ ਕਿ ਇਹ ਜਿਹੜਾ ਬਹੁਤ ਪੁਰਾਣਾ ਹੋ ਗਿਆ ਸੀ ਇੱਥੇ ਰੇਲ ਟ੍ਰੇਨ ਜਦੋਂ ਲੰਘਦੀ ਆ ਬਹੁਤ ਸਲੋ ਸਲੋ ਟ੍ਰੇਨ ਲੰਘਦੀ ਆ ਪਰ ਇਹਦਾ ਵਿਊ ਦੇਖੋ ਯਾਰ ਅਮੇਜ਼ਿੰਗ ਮਨ ਤੇ ਭੀੜ ਬੜੀ ਲੱਗ ਗਈ ਸੀਗੀ ਬ੍ਰਿਜ ਦੇ ਉੱਤੇ ਬਹੁਤ ਸਾਰੇ ਲੋਕ ਆਉਂਦੇ ਜਾਂਦੇ ਜਿਹੜੇ ਉੱਥੇ ਰੁਕਦੇ ਆ ਫੋਟੋਆਂ ਕਰਾਉਂਦੇ ਆ ਐਂਟਰੀ ਮਾਰ ਰਹੀ ਆ ਰਾਮੇਸ਼ਵਰਮ ਦੇ ਵਿੱਚ ਸਮਝ ਲਓ ਕਿ ਇੱਥੋਂ ਵੈਸੇ 7-8 ਕਿਲੋਮੀਟਰ ਦੇ ਆਉਂਦਾ ਪਰ ਇਹ ਆਈਲੈਂਡ ਉਹੀ ਆ ਰਾਮੇਸ਼ਵਰਮ ਆਈਲੈਂਡ ਹੀ ਆ ਪੂਰਾ ਔਰ ਤਕਰੀਬਨ 10-11 ਕਿਲੋਮੀਟਰ ਮੇਰਾ ਇੱਥੋਂ ਹੋਟਲ ਆ ਦੀ ਵੀ ਐਂਟਰੀ ਆ ਰਾਮੇਸ਼ਵਰਮ ਦੇ ਵਿੱਚ ਦੇਖੋ 100 ਰੁਪਈਆ ਐਂਟਰੀ ਹੋਈ ਆ ਗੱਡੀ ਦੀ ਮੈਂ ਆ ਗਿਆ ਹੋਟਲ ਰੂਮ ਦੇ ਵਿੱਚ ਆਪਦੇ ਪਹੁੰਚ ਗਿਆ ਹੋਟਲ ਹੈ ਜੀ ਮੇਰਾ ਇਹ ਰਾਮਲੀਲਾ ਹੋਟਲ ਕਾਫੀ ਵਧੀਆ ਹੋਟਲ ਆ ਵੀਡੀਓ ਨੂੰ ਇੱਥੇ ਖਤਮ ਕਰਦੇ ਹਾਂ ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਗੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਔਰ ਜੇਕਰ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਨਹੀਂ ਕਰਦੇ ਤਾਂ ਇੱਥੇ ਮੇਰੀ ਆਈਡੀ ਲਿਖੀ ਆ ਰਹੇਗੀ ਇੰਸਟਾਗ੍ਰਾਮ ਤੇ ਵੀ ਫੋਲੋ ਜਿਹੜਾ ਕਰ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਰੱਬ ਰੱਖਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ